ਦੋ ਦੋ ਬੈਠਕਾਂ ਪੈਰਲਲ ਚੱਲ ਰਹੀਆਂ, ਮਕਸਦ ਕੀ ਹੈ? ਪਹਿਲਾਂ ਤਾਂ ਪੰਕਜ ਜੀ ਸਾਨੂੰ ਬਾਗੀ ਨਾ ਕਹੋ, ਕੀ ਕਹੀਏ? ਅਸੀਂ ਅਕਾਲੀ ਹਾਂ, ਉਹਨਾਂ ਨੂੰ ਕੀ ਕਹੀਏ? ਮੈਂ ਸਮਝਦਾ ਇਹ ਸ਼ਬਦ ਹੁਣ ਤੁਸੀਂ ਦੱਸੋ ਵੀ ਜਿਹੜੇ ਵਰਕਰ ਝੁੰਦਾ ਕਮੇਟੀ ਦੇ ਵਿੱਚ ਜਿਹੜੇ ਵਰਕਰਾਂ ਨੇ ਗੱਲ ਕਹੀ ਵੀ ਪਾਰਟੀ ਦੀ ਪ੍ਰਧਾਨਗੀ ਸਰਦਾਰ ਸੁਖਬੀਰ ਸਿੰਘ ਬਾਦਲ ਨੂੰ ਹੁਣ ਛੱਡ ਦੇਣੀ ਚਾਹੀਦੀ ਆ, ਲਗਭਗ 100% ਵਰਕਰਾਂ ਦੀ ਇਹ ਭਾਵਨਾ ਸੀ, ਅਸੀਂ ਉਸ ਭਾਵਨਾ ਦੀ ਤਰਜਮਾਨੀ ਕਰ ਰਹੇ ਹਾਂ ਤੇ ਜੋ ਉਹਨਾਂ ਆਪਣੇ ਵਰਕਰਾਂ ਦੀਆਂ ਭਾਵਨਾਵਾਂ ਦੀ ਤਰਜਮਾਨੀ ਨਹੀਂ ਕਰੂਗਾ ਉਹਨੂੰ ਤੁਸੀਂ ਕੀ ਕਹੋਗੇ? ਇਹ ਤਾਂ ਤੁਸੀਂ ਜ਼ਿਆਦਾ ਬਿਹਤਰ ਦੱਸ ਸਕਦੇ ਹੋ। ਕਹਿੰਦੇ ਝੁੰਦਾ ਕਮੇਟੀ ਦੀਆਂ ਜਿਹੜੀਆਂ ਸਿਫਾਰਿਸ਼ਾਂ ਸੀ ਉਹ ਮੀਟਿੰਗ 'ਚ ਡਿਸਕਸ ਹੋ ਰਹੀਆਂ ਨੇ, ਔਰ ਉਸਦੀ ਇੱਕ ਸਿਫਾਰਿਸ਼ ਇਹ ਵੀ ਸੀ ਕਿ ਪ੍ਰਧਾਨ ਬਦਲਿਆ ਜਾਵੇ, ਅੱਜ ਵੀ ਉਸੇ ਗੱਲ ਨੂੰ ਲੈ ਕੇ ਮੀਟਿੰਗ 'ਚ ਚੱਲ ਰਹੀ ਹੈ। ਦੇਖੋ, ਮੇਨ ਝੁੰਦਾ ਕਮੇਟੀ ਤੋਂ ਹਟ ਕੇ ਮੈਂ ਕਹਾਂ ਜਿਹੜੀ ਅੱਜ ਦੀ ਮੀਟਿੰਗ ਇਦੋਂ ਪਹਿਲੀਆਂ ਮੀਟਿੰਗਾਂ, ਇੱਕੋ ਮੰਤਵ ਆ, ਕੋਈ ਨਿੱਜੀ ਮੰਤਵ ਨਹੀਂ ਹੈਗਾ। ਨਾ ਮੈਂ ਅਸੀਂ ਸਰਦਾਰ ਸੁਖਬੀਰ ਸਿੰਘ ਬਾਦਲ ਨੂੰ ਜਾਂ ਉਹਨਾਂ ਸੱਜਣਾਂ ਨੂੰ ਕਹਿਣਾ ਚਾਹੁੰਦੇ ਵੀ ਇਹਨੂੰ ਨਿੱਜੀ ਲੜਾਈ ਬਣਾਓ ਵੀ ਨਾ, ਇਹਦਾ ਇੱਕ ਭਾਵਨਾ ਕੇਵਲ ਤੇ ਕੇਵਲ ਵੀ ਪੰਜਾਬ ਦੇ ਜਿਹੜੇ ਮੁੱਦੇ ਨੇ ਉਹਨਾਂ ਮੁੱਦਿਆਂ ਦੀ ਨੁਮਾਇੰਦਗੀ ਕੇਵਲ ਤੇ ਕੇਵਲ ਖੇਤਰੀ ਪਾਰਟੀ ਸ਼੍ਰੋਮਣੀ ਅਕਾਲੀ ਦਲ ਕਰ ਸਕਦੀ ਆ, ਤੇ ਇਸ ਲਈ ਜ਼ਰੂਰੀ ਆ ਸ਼੍ਰੋਮਣੀ ਅਕਾਲੀ ਦਲ ਦਾ ਤਕੜੇ ਹੋਣਾ, ਤੇ ਸ਼੍ਰੋਮਣੀ ਅਕਾਲੀ ਦਲ ਨੂੰ ਜੇ ਤਕੜਾ ਕਰਨਾ ਤਾਂ ਆਪਣੇ ਵਰਕਰਾਂ ਦੀ ਜਿਹੜੀ ਭਾਵਨਾ ਵਾ, ਉਹਨਾਂ ਦੀ ਜਿਹੜੀ ਇੱਛਾ, ਉਹ ਤੇ ਸਾਨੂੰ ਫੁੱਲ ਚੜਾਉਣੇ ਹੋਣਗੇ। ਤੇ ਉਹ ਇੱਛਾ ਇਹ ਆ, ਲਗਭਗ 100% ਵਰਕਰਾਂ ਦੀ, ਅਸੀਂ ਸਮੁੱਚਾ ਪੰਜਾਬ ਘੁੰਮੇ ਆ, 100 ਦੇ ਕਰੀਬ ਵਿਧਾਨ ਸਭਾ ਹਲਕੇ ਘੁੰਮੇ, ਜਿਨ੍ਹਾਂ ਦੇ ਵਿੱਚੋਂ ਲਗਭਗ ਇੱਕੋ ਆਵਾਜ਼ ਆਈ ਵੀ ਸਰਦਾਰ ਸੁਖਬੀਰ ਸਿੰਘ ਬਾਦਲ ਸਾਹਿਬ ਨੂੰ ਹੁਣ ਪ੍ਰਧਾਨਗੀ ਤੋਂ ਲਾਂਭੇ ਹੋ ਜਾਣਾ ਚਾਹੀਦਾ। ਤੇ ਲੋਕਾਂ ਨੇ ਪੰਕਜ ਜੀ ਇੱਥੋਂ ਤੱਕ ਡਿਸਕ੍ਰਾਈਬ ਕੀਤਾ ਕਿ ਕਿਸੇ ਉਹਦੀ ਸ਼ਖਸੀਅਤ ਡਿਸਕ੍ਰਾਈਬ ਕੀਤੀ ਵੀ ਕਿਸੇ ਐਸੇ ਗੁਰਸਿੱਖ ਵਿਅਕਤੀ ਨੂੰ ਜਿਹੜਾ ਅੰਮ੍ਰਿਤਧਾਰੀ ਸਿੰਘ ਦੇਖਣ 'ਚ ਲੱਗਦਾ ਹੋਵੇ ਅਕਾਲੀ, ਬਾਣੀ ਦੇ ਬਾਣੀ ਦਾ ਧਾਰਨੀ ਹੋਵੇ, ਉਹਦੇ ਹੱਥ 'ਤੇ ਵੀ ਸ੍ਰੀ ਸਾਹਿਬ ਹੋਵੇ, ਵੀ ਕਿਸੇ ਐਸੇ ਵਿਅਕਤੀ ਦੇ ਹੱਥਾਂ ਦੇ ਵਿੱਚ ਅਕਾਲੀ ਦਲ ਦੀ ਕਮਾਨ ਹੋਵੇ, ਉਹਦੇ ਕਹੇ ਹੋਏ ਸ਼ਬਦ ਦਿੱਲੀ ਨੂੰ ਪ੍ਰਭਾਵਿਤ ਕਰਨ, ਅਸਰ ਕਰਨ। ਗਿਆਨੀ ਹਰਪ੍ਰੀਤ ਸਿੰਘ ਹੋਰਾਂ ਦਾ ਜ਼ਿਕਰ ਕਰ ਰਹੇ ਤੁਸੀਂ, ਉਹਨਾਂ ਨੂੰ ਲੈ ਕੇ ਢੀਂਡਸਾ ਹੋਰਾਂ ਨੇ ਵੀ ਕਿਹਾ ਕਿ ਕਿਉਂਕਿ ਰਾਜਨੀਤੀ ਤੇ ਧਾਰਮਿਕ ਦੋਵਾਂ ਪੱਖੋਂ ਔਰ ਟੈਕਨੀਕਲ ਤੌਰ ਤੇ ਉਹ ਹਰੇਕ ਪੱਖੋਂ ਮਜ਼ਬੂਤ ਨਜ਼ਰ ਆਉਂਦੇ ਨੇ, ਉਸ ਉਹਨਾਂ ਦੇ ਨਾਮ ਨੂੰ ਲੈ ਕੇ ਬਹੁਤ ਸਾਰੀ ਚਰਚਾ ਹੋ, ਬਹੁਤ ਸਤਿਕਾਰਯੋਗ ਸ਼ਖਸੀਅਤ ਨੇ ਉਹ, ਪਰ ਮੈਂ ਤੁਹਾਨੂੰ ਕਿਸੇ ਇੱਕ ਦਾ ਨਾਂ ਇਸ ਲਈ ਨਹੀਂ ਲੈਣਾ ਕਿਉਂਕਿ ਹੋਰ ਬਹੁਤ ਸਾਰੇ ਨਾਂ ਨੇ। ਹੋਰ ਕਿਹੜੇ ਕਿਹੜੇ ਨੇ? ਬਹੁਤ ਸਾਰੇ ਨਾਂ ਨੇ ਜੀ, ਜਿਵੇਂ ਪੰਜ ਨਾਮ ਦੱਸੋ। ਜੇ ਮੈਂ ਤੁਹਾਨੂੰ 3 ਵੀ ਦੱਸ ਦਵੇ ਜਾਂ 5 ਵੀ ਦੱਸ ਦਵਾਂ ਜਿਹੜੇ ਬਾਕੀ ਰਹਿ ਗਏ, ਤੇ ਉਹਨਾਂ ਨਾਲ ਬੇਇਨਸਾਫੀ ਸਾਰੇ ਦੱਸੋ ਤੁਸੀਂ। ਮੈਂ ਸਮਝਦਾ ਵੀ ਇਹ ਜੇ ਪਰਮਾਤਮਾ ਨੇ ਕਿਰਪਾ ਕੀਤੀ ਸਮੁੱਚਾ ਅਕਾਲੀ ਦਲ ਇਕੱਠਾ ਹੋ ਕੇ ਤੁਹਾਨੂੰ ਇੱਕ ਨਾਂ ਦੱਸੂਗਾ। ਉਹ ਕਹਿੰਦੇ ਕੀ ਕਮਜ਼ੋਰ ਕਰ ਰਿਹਾ ਇਹ ਧੜਾ, ਕਮਜ਼ੋਰ ਕਰ ਰਿਹਾ, ਸਾਰੇ ਵੱਖੋ ਵੱਖ ਅਸੀਂ ਵਿੰਗ ਬੁਲਾਏ, ਸਾਰਿਆਂ ਨੇ ਸੁਖਬੀਰ ਸਿੰਘ ਬਾਦਲ ਦੇ ਹੱਕ 'ਚ ਹਿਮਾਇਤ ਜਿਤਾਈ, ਔਰ ਉਹਨਾਂ ਨੇ ਕਿਹਾ ਕਿ ਸੁਖਬੀਰ ਬਾਦਲ ਤਾਂ ਕਹਿੰਦੇ ਕਿ ਅਸਤੀਫਾ ਲੈ ਲਓ ਲੈਣਾ। ਤੇ ਪੰਕਜ ਜੀ ਕਮਜ਼ੋਰ ਕੀ ਕਰਾਂਗੇ, ਸਾਰੇ ਪੰਜਾਬ ਸਾਡੀ ਪਾਰਟੀ ਦੀ ਸਮੁੱਚੇ ਪੰਜਾਬ ਵਿੱਚ ਤਾਂ ਸਿਕਿਉਰਿਟੀ ਜ਼ਬਤ ਹੋ ਗਈ, ਹੁਣ ਹੋਰ ਕੀ ਕਮਜ਼ੋਰ ਆ? ਇੰਤਜ਼ਾਰ ਕਰ ਕਰਕੇ ਮੈਂ ਸਮਝਦਾ ਆਖਿਰ ਇਹ ਜਿਹੜਾ ਕਦਮ ਆ ਇਹ ਚੁੱਕਣਾ ਪਿਆ। ਦੂਜੀ ਗੱਲ ਆ ਵੀ ਜਿਨ੍ਹਾਂ ਤੋਂ ਤੁਸੀਂ ਹੱਥ ਖੜੇ ਕਰਾਏ ਸੀ ਉਹ ਵੀ ਨਾਲ ਸੀ, ਅਸੀਂ ਵੀ ਨਾਲ ਸੀ, ਉਸ ਸਮੇਂ ਸਿਕਿਉਰਿਟੀਆਂ ਜ਼ਬਤ ਹੋਈਆਂ ਨਾ, ਤੇ ਸਭ ਤੋਂ ਵੱਡੀ ਗੱਲ ਆ ਵੀ ਜਿਨ੍ਹਾਂ ਨੇ ਹੱਥ ਖੜੇ ਕੀਤੇ ਆ ਨਾ, ਆਪਾਂ ਕਰਾਏ ਆ, ਉਹ ਕਿਤੇ ਨਹੀਂ ਗਏ, ਉਹ ਸਾਡੇ ਅਹੁਦੇਦਾਰ ਨੇ ਕਰਾਏ ਨੇ ਹੱਥ ਖੜੇ। ਮੈਂ ਤੁਹਾਨੂੰ ਦਾਅਵੇ ਨਾਲ ਕਹਿਣਾ ਕਿਉਂਕਿ ਮੈਂ ਝੁੰਦਾ ਕਮੇਟੀ ਦਾ ਮੈਂਬਰ ਸੀ ਵੀ ਲਗਭਗ 100% ਵਰਕਰਾਂ ਨੇ ਲਗਭਗ ਮਤਲਬ ਇੱਕ ਸੁਰ ਦੇ ਵਿੱਚ ਜੈਕਾਰੇ ਲਾ ਲਾ ਕੇ ਇਹ ਮੰਗ ਰੱਖੀ ਸੀ ਵੀ ਪਾਰਟੀ ਪ੍ਰਧਾਨ ਸਾਹਿਬ ਨੂੰ ਹੁਣ ਆਰਾਮ ਕਰਨਾ ਚਾਹੀਦਾ, ਸਾਈਡ ਤੇ ਹੋਣਾ ਚਾਹੀਦਾ, ਨੁਮਾਇੰਦਗੀ ਜਿਹੜੀ ਪਾਰਟੀ ਦੀ ਪ੍ਰਧਾਨਗੀ ਆ ਉਹ ਕਿਸੇ ਹੋਰ ਨੂੰ ਦੇਣੀ ਚਾਹੀਦੀ।